40 ਲੱਖ ਰੁਪਏ ਅਨੁਮਾਨ ਹੈ, 40 ਲੱਖ 20,000 ਰੁਪਏ ਲੱਗ ਗਿਆ ਲਾਭ ਪਾਸੇ, 40 ਨਹੀਂ ਅਲਟਾ ਸੋ ਜੀ ਵਾਲੀ ਨਹੀਂ, ਸੋਹਣੀ ਗੱਡੀ, ਤਗੜੀ ਗੱਡੀ। السلام علیکم دوستوں، کیا حال ہے سب ٹھیک؟ امید کرتا ہوں اللہ تعالیٰ فضل و کرم سے آپ سب ٹھیک ہوں گے۔ تو آج کی ویڈیو کرتے ہیں شروع۔ آج ہم جا رہے ہیں جلیل گارڈن، وہاں ڈوگر موٹرز پہ گاڑیوں کی سیل پرچیز ہوتی ہے، گاڑیاں سیل ہوتی ہیں اور اس کے علاوہ جو ہے نا وہ پرچیز ہوتی ہیں۔ تو چلے وہاں چلتے ہیں، جا کے آپ کو جو ہے نا لائیو گولی دکھاتے ہیں کس طرح جو ہے نا گاڑیاں سیل پرچیز ہوتی ہیں۔ تو چلے ਪੁਲਿਸ ਸੇਲ ਮੇ ਫਿਕਸ ਹੈ ਕਿ ਕੰਮ ਲਾ ਪੈਸੇ
40 ਲੱਖ ਰੁਪਇਆ ਡਿਮਾਂਡ ਹੈ, 40 ਲੱਖ ਡਿੱਗੀ ਮਾਰ ਰਿਹਾ, 40 ਲੱਖ ਰੁਪਇਆ, 40 ਲੱਖ ਅਲਟਾ ਬਹੁਤ ਅੱਛਾ ਦਾ ਮਾਡਲ, 40 ਲੱਖ ਰੁਪਇਆ ਛੱਤ ਡਿੱਗੀ ਬੋਲਣ ਜਨਮ ਨੇ, ਹੋਰ ਵੀ ਫੀਸ ਹੈ ਨੇ 40-10 ਪਰ ਮਾਰਨ ਛੱਤ ਡਿੱਗੀ ਬੋਲਣ ਕਹਿੰਦੇ ਪਏ ਨੇ 20-40 40 ਲੱਖ ਰੁਪਇਆ ਡਿਮਾਂਡ ਹੈ, 40 ਲੱਖ 20 ਹਜ਼ਾਰ ਰੁਪਇਆ ਲੱਗ ਗਿਆ ਲਾਭ ਪਾਸੇ, 40-20 40 ਲੱਖ ਰੁਪਇਆ 42 ਲੱਖ ਰੁਪਇਆ 42 ਲੱਖ ਹਾਂਜੀ ਦੇਣੇ 42 ਕੀ ਕਰਨਾ ਜੀ, ਪੈਨਲ 42 ਹੈ, 43 ਲੱਖ ਦੇ ਦੇ, 43 ਲੱਖ ਤੋਂ ਉੱਤੇ ਹੈ ਕੋਈ, 43 ਲੱਖ ਤੋਂ ਉੱਤੇ ਦਾ ਉੱਤੇ ਹੈ ਕੋ ਗਾਗ, 43 ਤੋਂ ਉੱਤੇ ਹੈ ਕੋਈ, ਨਹੀਂ 43 ਦਵਾ ਨਾ, 43 ਦਿੰਦੇ ਨਹੀਂ, ਆਓ ਜੀ ਅੱਗੇ ਆਓ ਜੀ, ਇੱਕ ਦੋ ਦਿਨ ਕਰੋ 43 ਹਾਂਜੀ ਪੁੱਛੋ ਗੱਡੀ 43 ਤੋਂ ਉੱਤੇ ਹੈ ਕੋਈ, ਅਲਟਸ 18 ਮਾਡਲ ਅਲਟਸ 18 ਮਾਡਲ ਦੀ ਅਲਟਸ 45 ਲੱਖ ਮਾਰ ਕੇ 43 ਲੱਖ ਲੱਗ ਗਿਆ, ਉਹ ਹੈ 18 ਮਾਡਲ ਅਲਟਸ ਦਾ ਗਾਗ, ਦੇ ਦੋ 43 ਦੇ ਯਾਰ ਕਲੋਰੀ ਆ ਗਈ, ਦੋਸਤ ਨੇ ਆਏ ਨੇ ਜੋਹਰ ਬੈਰੀਆ ਡੋਨ ਤੋਂ, ਬਹੁਤ ਪਿਆਰੇ ਦੋਸਤ ਨੇ, ਬਹੁਤ ਘੱਟ ਗੱਡੀ ਚੱਲੀ ਹੈ, ਦੋ ਪੀਸ ਚੈਚ ਕਹਿੰਦੇ ਨੇ, ਮਾਡਲ 2021 ਹੈ, ਸਾਢੇ 26 ਲੱਖ ਰੁਪਇਆ ਹਾਂਜੀ 60 70
ਬੋਲੀ ਤੇ ਨੀ ਜੇ ਕੋਈ ਲੱਭ ਜਾ ਅਠਾਈ ਲੱਖ ਰੁਪਇਆ ਲੱਗ ਗਿਆ ਜੀ। 16 ਮਾਡਲ ਜੀ ਐਲ ਆਈ 28 ਲੱਖ ਰੁਪਇਆ। ਗੱਡੀ ਤਗੜੀ ਹੈ, ਲੱਗੀ ਵੀ ਜੀ ਨੀ, ਬੜੀ ਸੋਹਣੀ ਜੀ ਐਲ ਆਈ ਹੈ ਸਰ, ਐਕਸਲ ਆਈ ਦਾ ਮੁੱਲ ਆਉਂਦੇ ਜੀ। ਹਾਂਜੀ 28 ਲੱਖ ਉੱਤੇ ਆ ਗਈ, 34.5 ਲੱਖ ਭਾਈ, 7-8 ਲੱਖ ਰੁਪਇਆ ਤੁਸੀਂ ਥੱਲੇ ਸ਼ੁਰੂ ਹੋਏ ਤੇ ਰਲਦੇ ਨੀ ਪਏ ਗੱਲ। ਹਾਂਜੀ 28 ਲੱਖ ਦੇ ਉੱਤੇ ਆ ਗਈ ਜੀ, 28 ਲੱਖ ਰੁਪਇਆ ਜੀ, 28 ਦੇ ਉੱਤੇ ਆ ਗਈ, 3-40 ਫਾਈਨਲ। ਤੇ ਮੇਰਾ ਖਿਆਲ ਹੈ ਉਹ 23 ਤੀਕਰ ਵੀ ਬਿਹਤਰ ਹੈ, ਮਾਡਲ ਵੀ 16 ਹੈ, ਪੈਸੇ ਰੱਖ ਗਿਆ ਚਲੋ 12।